ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਅਸਲਾਮ ਅਲੈਕਮ। ਦੋਸਤੋ, ਤੁਸੀਂ ਸਾਰੇ ਜਾਣਦੇ ਹੋ ਕਿ ਕੋਵਿਡ-19 ਦੀ ਵਜ੍ਹਾ ਕਰਕੇ ਸਾਰੇ ਕਲਾਕਾਰ, ਸਾਰੇ ਸਾਊਂਡ ਵਾਲੇ, ਸਾਰੇ ਮੀਡੀਆ ਵਾਲੇ, ਜਿਹੜੇ ਜਿਹੜੇ ਵੀ ਦਰਬਾਰਾਂ ਦੇ ਨਾਲ ਜੁੜੇ ਹੋਏ ਲੋਕ, ਚਾਹੇ ਕੋਈ ਟੈਂਟ ਵਾਲਾ ਹੈ, ਚਾਹੇ ਕੋਈ ਢੋਲ ਵਜਾਉਂਦਾ, ਕੋਈ ਨਿਆਜ਼ ਤਿਆਰ ਕਰਦਾ, ਉਹ ਸਾਰੇ ਤਕਰੀਬਨ ਵਿਹਲੇ ਹੋ ਗਏ ਸੀ, ਬੇਰੁਜ਼ਗਾਰ ਹੋ ਗਏ ਸੀ। ਪਰ ਸਰਕਾਰਾਂ ਨੇ ਕਰਮ ਕੀਤਾ, ਮੇਰੇ ਮੌਲਾ ਨੇ, ਮੌਲਾ ਵਾਲੀ ਸਰਕਾਰ ਨੇ ਕਰਮ ਕੀਤਾ ਕਿ ਹਾਜ਼ਰੀ ਲੱਗੀ ਹੈ ਦਰਬਾਰ ਹਜ਼ਰਤ ਕੀਰ ਬਾਬਾ ਰੋਡੇ ਸ਼ਾਹ ਚੰਡੀਗੜ੍ਹ। ਸੋ ਅੱਜ ਸ਼ੁਰੂਆਤ ਹੋਈ ਹੈ, ਬੜੀ ਖੂਬਸੂਰਤ ਸ਼ੁਰੂਆਤ ਹੋਈ ਹੈ, ਅਤੇ ਤੁਹਾਡੀਆਂ ਦੁਆਵਾਂ ਚਾਹੀਦੀਆਂ, ਪਿਆਰ ਚਾਹੀਦਾ, ਔਰ ਬੜਾ ਸਕੂਨ ਮਿਲਿਆ, ਔਰ ਦੁਆਵਾਂ ਵੀ ਕੀਤੀਆਂ ਕਿ ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਬਾਕੀ ਕਵਾਲ ਜਾਂ ਹੋਰ ਕਲਾਕਾਰ ਨੇ ਉਹ ਵੀ ਆਪਣਾ ਆਪਣਾ ਕੰਮ ਸ਼ੁਰੂ ਕਰਨ, ਅਤੇ ਇਨਸ਼ਾਅੱਲਾ ਸ਼ੁਰੂ ਹੋਵੇਗਾ। ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ SR ਮੀਡੀਆ ਨੂੰ, ਜਿਨ੍ਹਾਂ ਨੇ ਪ੍ਰੋਗਰਾਮ ਰਿਕਾਰਡ ਕੀਤਾ ਅਤੇ ਸਾਨੂੰ ਯੂਟਿਊਬ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਪ੍ਰੋਗਰਾਮ ਤੁਹਾਡੇ ਤੱਕ ਉਹ ਪਹੁੰਚਾਉਣਗੇ। ਸੋ ਤੁਸੀਂ SR ਮੀਡੀਆ ਦਾ ਜਿਹੜਾ ਹੈ ਚੈਨਲ ਸਬਸਕ੍ਰਾਈਬ ਕਰਨਾ, ਤਾਂ ਕਿ ਉਹਨਾਂ ਦਾ ਹਰ ਵੀਡੀਓ ਤੁਹਾਨੂੰ ਮਿਲੇ, ਔਰ ਜੋ ਮੇਰੇ ਵੀਡੀਓ SR ਮੀਡੀਆ 'ਤੇ ਨੇ ਉਹ ਵੀ ਤੁਹਾਨੂੰ ਦੇਖਣ ਨੂੰ ਮਿਲਣ। ਥੈਂਕ ਯੂ ਸੋ ਮਚ, ਲਵ ਯੂ ਆਲ, ਜੈ ਦਾਤਿਆਂ।
आ गई है अजमेर के पिया की रात आ गई है रात आ गई है बारात आ गई है अजमेर के पिया अजमेर के पिया की बारात अजमेर के पिया की बारात अजमेर के पिया की ਵੱਲੋਂ ਬਹੁਤ ਬਹੁਤ ਮੁਬਾਰਕਾਂ ਐਸ ਆਰ ਮੀਡੀਆ ਨੂੰ ਜਿਨ੍ਹਾਂ ਨੇ ਪ੍ਰੋਗਰਾਮ ਰਿਕਾਰਡ ਕੀਤਾ ਅਤੇ ਸਾਨੂੰ ਯੂਟਿਊਬ ਦੇ ਰਾਹੀਂ ਫੇਸਬੁੱਕ ਦੇ ਰਾਹੀਂ ਪ੍ਰੋਗਰਾਮ ਤੁਹਾਡੇ ਤੱਕ ਉਹ ਪਹੁੰਚਾਉਣਗੇ ਸੋ ਤੁਸੀਂ ਐਸ ਆਰ ਮੀਡੀਆ ਦਾ ਜਿਹੜਾ ਹੈ ਚੈਨਲ ਸਬਸਕ੍ਰਾਈਬ ਕਰਨਾ ਤਾਂ ਕਿ ਉਹਨਾਂ ਦਾ ਹਰ ਵੀਡੀਓ ਤੁਹਾਨੂੰ ਮਿਲੇ ਔਰ ਜੋ ਮੇਰੇ ਵੀਡੀਓ ਐਸ ਆਰ ਮੀਡੀਆ 'ਤੇ ਨੇ ਉਹ ਵੀ ਤੁਹਾਨੂੰ ਦੇਖਣ ਨੂੰ ਮਿਲਣ ਥੈਂਕ ਯੂ ਸੋ ਮੱਚ ਲਵ ਯੂ ਆਲ ਜੈ ਦਾਤਿਆਂ